ਇਹ ਜਿਹੜਾ ਕੱਟ ਲਿਆ ਨਾ ਅਸਾਂ, ਇਸ ਤੋਂ ਬਾਅਦ ਤੁਸੀਂ ਕਰਨਾ ਕਿ ਇਸੀ ਦੋ ਪਾਰਟ ਵੀ ਜਿਹੜਾ ਚੀਰਨਾ ਤੁਸਾਂ ਇੱਥੋਂ, ਤਾਂ ਉਹ ਤੁਸੀਂ ਦੱਸਣੇ ਆ ਕਿਸ ਤਰ੍ਹਾਂ ਇਹ ਤੱਕ ਹੀ ਸਕਨੇ ਹੋ। ਇਸ ਤਰ੍ਹਾਂ ਜਿਹੜਾ ਅਸੀਂ ਅਸਾਂ ਇੱਥੋਂ ਵਿਚਕਾਰ ਚੀਰਿਆ ਦੋ ਪਾਰਟ ਵਿੱਚ, ਤਾਂ ਫਿਰ ਕਟਰ ਜਿਹੜਾ ਕੱਢੀ ਦਿੰਦੇ ਹਾਂ। ਹੁਣ ਜਿਹੜਾ ਕਲਮ ਆਉਂਦੇ ਹਾਂ ਕੋਈ ਕਾਪੀ ਦਾ, ਦੋਸਤੋ ਇਹ ਦੋ ਨਿੱਕੀਆਂ ਨਿੱਕੀਆਂ ਅਸਾਂ ਕਲਮਾਂ ਆਉਂਦੀਆਂ, ਇਹ ਤੱਕ ਹੀ ਸਕਨੇ ਹੋ ਜੀ। ਇਹ ਆੜੂਆਂ ਦੀਆਂ ਕਲਮ ਹੈ, ਤਾਂ ਇਸੀ ਅਸਾਂ ਇਸੀ ਵੀ ਕੱਟ ਲੈਣਾ, ਤਾਂ ਉਹ ਵੀ ਦੱਸਦੇ ਹਾਂ ਕਿ ਤੁਸੀਂ ਕਿਸ ਤਰ੍ਹਾਂ ਨਾਲ ਕੱਟ ਜਿਹੜਾ ਹੋਣਾ ਚਾਹੀਦਾ ਹੈ। ਇਹ ਤੱਕ ਹੀ ਸਕਨੇ ਹੋ ਜੀ, ਅਸਾਂ ਇਸੀ ਦੋ ਸਾਈਡ ਨੂੰ ਜਿਹੜਾ ਕੱਟ ਮਾਰਨਾ ਹੈ। ਇਹ ਦੇਖੋ ਜੀ, ਇਸ ਤਰ੍ਹਾਂ ਨਾਲ ਤੁਸੀਂ ਕੱਟ ਲੈਣਾ ਹੈ ਜੀ। ਇੱਕ ਸਾਈਡ ਇੱਕ ਸਾਈਡ ਤਾਂ ਇੱਕ ਸਾਈਡ ਤੁਸੀਂ ਛਿਲਕਾ ਜਿਹੜਾ ਉਹ ਰੱਖਣਾ ਹੈ ਇਸ ਤਰ੍ਹਾਂ। ਇਹ ਤੱਕ ਹੀ ਸਕਨੇ, ਤਾਂ ਦੂਈ ਵੀ ਅਸੀਂ ਇਸੇ ਤਰ੍ਹਾਂ ਜਿਹੜਾ ਲਾਈ ਨੇ ਇਸੀ ਪਹਿਲਾਂ ਬਰਾਬਰ ਰੀਨੇ ਆ। ਤੁਸੀਂ ਇਤਨਾ ਬਰਾਬਰ ਰਹਿਣਾ ਕਿ ਉੱਥੇ ਵਿੱਚ ਜਿਹੜਾ ਹੈ ਸਹੀ ਫਿੱਟ ਹੋ ਜਾਏ, ਮਤਲਬ ਵਿੱਚ ਐਸਾ ਲੱਗਿਆ ਕਿ ਮਤਲਬ ਵਿੱਚ ਹਵਾ ਨਹੀਂ ਰਹਿਣੀ ਚਾਹੀਦੀ, ਤਾਂ ਫਿਰ ਜਿਹੜੀ ਆ ਕਲਮ ਸਹੀ ਲੱਗਦੀ ਹੈ। ਤਾਂ ਕੋਈ ਅਸੀਂ ਛਿਲਦੇ ਹਾਂ ਅਸੀਂ ਬਿਲਕੁਲ ਬਰਾਬਰ ਛੁੜਿਆ, ਛਿਲਕੇ ਨਾਲ ਛਿਲਕਾ ਜਿਹੜਾ ਆ ਇਸ ਨਾਲ ਮਿਲਣਾ ਚਾਹੀਦਾ, ਤਾਂ ਫਿਰ ਜਿਹੜਾ ਕਲਮ ਜਿਹੜੀ ਆ ਕਾਮਯਾਬ ਹੋ ਸੀ। ਇਹ ਅਸਾਂ ਦੋਵੇਂ ਕੱਟੀ ਹੁੰਦੀਆਂ, ਤਾਂ ਉਹਨੂੰ ਜੋ ਅਸਾਂ ਕੱਟ ਲਿਆ ਸੀ ਨਾ ਇਸ ਵਿੱਚ ਜਿਹੜਾ ਚੀਰ ਮਾਰਿਆ ਸੀ, ਇਸ ਵਿੱਚ ਅਸਾਂ ਇਹ ਇਸ ਤਰ੍ਹਾਂ ਫਸਾਉਣੀ ਹੈ ਤੁਸੀਂ ਤੱਕੀ ਸਕਦੇ ਹੋ। ਇਹ ਤੱਕੋ ਜੀ, ਹੁਣ ਕੋਲ ਵੀ ਮੈਂ ਜਿਹੜਾ ਦੱਸਣਾ ਹੈ। ਇਹ ਤੱਕੋ ਜੀ, ਅਸਾਂ ਇਹ ਕਲਮ ਲਾਈ ਹੈ, ਤਾਂ ਇਹ ਤੱਕੋ ਜੀ ਅਸਾਂ ਦੋਵੇਂ ਸਾਈਡ ਕਲਮਾਂ ਜਿਹੜੀਆਂ ਲਾਈ ਛੁੜੀਆਂ। ਇਹ ਤੱਕੋ ਜੀ ਕਿਸ ਤਰ੍ਹਾਂ ਫਿੱਟ ਆਈਆਂ, ਬਿਲਕੁਲ ਤੁਸੀਂ ਵੀ ਇਸੇ ਤਰ੍ਹਾਂ ਕਰਨਾ। ਇਹ ਤੱਕੋ ਛਿਲਕੇ ਨਾਲ ਛਿਲਕਾ ਮਿਲ ਜਾਣਾ, ਤਾਂ ਇਧਰ ਵੀ ਛਿਲਕੇ ਨਾਲ ਛਿਲਕਾ ਮਿਲ ਜਾਣਾ। ਤਾਂ ਅਗਰ ਇੱਕ ਵੀ ਕਲਮ ਜਿਹੜੀ ਹੈ ਉਹ ਲੱਗੀ ਜਾਣੀ ਹੈ, ਤਾਂ ਇਹ ਪੂਰਾ ਜਿਹੜਾ ਬਰਾਬਰ ਹੋ ਜਾਸੀ। ਤਾਂ ਤੁਸੀਂ ਇਸ ਪਰ ਕਿਆ ਲਾਈ ਸਕਦੇ ਹੋ, ਲਾ ਮਿੱਟੀ ਵੀ ਲਾਈ ਸਕਦੇ ਹੋ ਅਗਰ ਸਹੀ ਮਿੱਟੀ ਹੈ, ਗੰਦੀ ਮਿੱਟੀ ਨਹੀਂ ਲਾਉਣੀ ਇਸ ਪਰ, ਨਹੀਂ ਤਾਂ ਖਰਾਬ ਹੋ ਜਾਸੀ। ਥੋੜ੍ਹੀ ਲਾਉਣੀ ਹੈ, ਜ਼ਿਆਦਾ ਨਹੀਂ ਲਾਉਣੀ। ਤਾਂ ਅਗਰ ਤੁਸੀਂ ਲਾਉਣਾ ਚਾਹੋ ਤਾਂ ਮੋਮ ਲਾਓ, ਤਾਂ ਉਹ ਜ਼ਿਆਦਾ ਬੈਟਰ ਹੈ। ਉਸ ਨਾਲ ਜਿਹੜਾ ਆ ਇਸ ਨਾਲ ਤੁਸੀਂ ਰਿਜ਼ਲਟ ਜਿਹੜਾ ਆ ਜ਼ਿਆਦਾ ਲੱਭਸੀ। ਤਾਂ ਉਸ ਦੇ ਉੱਪਰ ਤੁਸੀਂ ਜਿਹੜਾ ਪਲਾਸਟਿਕ ਨਹੀਂ ਕਵਰਿੰਗ ਵਾਲੀ ਛੋੜਨੀ, ਅਸੀਂ ਬਿਲਕੁਲ ਹਵਾ ਨਹੀਂ ਲੱਗਣ ਦੇਣੀ, ਤਾਂ ਕਿ ਜਿਹੜੇ ਇਸਨੇ ਜ਼ਖਮ ਹਨ ਇਹ ਪੂਰੀ ਤਰੀਕੇ ਨਾਲ ਭਰਨ ਜਾਣ। ਤਾਂ ਲਾਉਣੇ ਇਸਨੇ ਉੱਪਰ ਦੋਸਤੋ। ਤੱਕੋ ਜੀ, ਕਲਮ ਸਾਡੀ ਜਿਹੜੀ ਆ ਤਿਆਰ ਹੋਈ ਹੈ। ਹੁਣ ਜਿਸਲੇ ਲੱਗੀ ਨਾ ਇਸਨੇ ਪੱਤਰ ਲਿਖੜੇ ਨਾ, ਤਾਂ ਉਸ ਟਾਈਮ ਤੁਸੀਂ ਜਿਹੜਾ ਦੱਸਾਂ ਇਹ ਅਸੀਂ ਨਾ ਸਕਸੈਸ ਰੇਟ ਜਿਹੜਾ ਕਾਫੀ ਆਈ ਹੈ। ਇਸ ਤਰ੍ਹਾਂ ਅਗਰ ਲਾਸੋ ਅਸੀਂ ਆਪਣੇ ਇਲਾਕੇ ਵਿੱਚ ਇਸੇ ਤਰ੍ਹਾਂ ਲਾਉਂਦੇ ਹਾਂ, ਤਾਂ ਕਲਮ ਜਿਹੜੀ ਆ ਲੱਗੀ ਜਾਣੀ ਹੈ।